ਹੁਣ ਜਿਵੇਂ ਸਾਡੇ ਮਾਨ ਸਾਹਿਬ ਨੇ ਰਿਵਾਲਵਰ ਨੂੰ ਆਪਾਂ ਪ੍ਰਮੋਟ ਨਹੀਂ ਕਰਨਾ, ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਨਾ। ਹੁਣ ਕਿਹੜਾ ਬੰਦਾ 3 ਸਾਲ ਬਾਅਦ ਜੇਲ੍ਹ 'ਚੋਂ ਛੁੱਟ ਕੇ ਆਪਣੀ ਵਾਈਫ ਨੂੰ ਮਿਲ ਰਿਹਾ, ਉਹਦੇ ਨਾਲ ਇੰਨੀ ਕੁ ਦੂਰ ਬੈਠ ਕੇ ਚਾਹ ਥੋੜ੍ਹਾ ਪੀਊਗਾ? ਮੈਂ ਜਦੋਂ ਫਿਲਮ ਦੇਖਣ ਵੜਿਆ ਆਡੀਟੋਰੀਅਮ ਦੇ ਵਿੱਚ, ਮੈਨੂੰ ਮਤਲਬ ਕਿ ਮਤਲਬ 1% ਵੀ ਦਿਮਾਗ 'ਚ ਨਹੀਂ ਸੀ, ਫੀਲ ਹੀ ਨਹੀਂ ਹੋਇਆ ਵੀ ਕਿਤੇ ਗਾਣਾ ਆਉਣਾ ਚਾਹੀਦਾ ਸੀ। ਜ਼ਿਆਦਾ ਵਿਲੇਨ ਜ਼ਿਆਦਾ ਬੁਰਾਈ ਦੇਖੇ ਜ਼ਰੂਰੀ ਨਹੀਂ ਹੁੰਦਾ, ਹੀਰੋ ਜ਼ਿਆਦਾ ਚੰਗਾਈ ਦੇਖੇ ਵੀ ਜ਼ਰੂਰੀ ਨਹੀਂ ਹੁੰਦਾ। ਆਪਣੇ ਤਾਂ ਇੱਥੇ ਹੁਣ ਅਸੀਂ ਅੱਕੇ ਪਏ ਹਾਂ ਦੇਖਦੇ ਕਿ ਇੱਕ ਲਾਈਨ ਦੇ ਵਿੱਚ 4 ਕਾਮੇਡੀ ਐਕਟਰਸ ਖੜੇ ਕਰ ਲਓ, ਉੱਚੀ ਉੱਚੀ ਬੋਲੀ ਜਾਂਦੇ ਆ, ਅਸੀਂ ਹੱਸੀ ਜਾਂਦੇ ਹਾਂ ਬੈਠੇ। ਮੇਨ ਲੀਡ ਹੈ ਜਿਵੇਂ ਹਰੀ ਸ਼ਰਨ, ਉਹ ਤਾਂ ਬਹੁਤ ਹੀ ਕਮਾਲ ਦਾ ਐਕਟਰ ਹੈ, ਹਿੰਦੀ ਫਿਲਮਾਂ 'ਚ ਕਿੰਨਾ ਕੁਛ ਆਉਂਦਾ। ਜਦੋਂ ਸਾਡੇ ਉਹ ਹਜ਼ਮ ਹੋ ਜਾਂਦੀ ਹੈ ਤਾਂ ਇਹ ਵੀ ਹਜ਼ਮ ਹੋਣੀ ਚਾਹੀਦੀ ਹੈ, ਭਾਸ਼ਾ ਦਾ ਹੀ ਫਰਕ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਸਲਾ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ। ਲਓ ਜੀ, ਫਿਲਮ ਰਿਲੀਜ਼ ਹੋ ਚੁੱਕੀ ਹੈ, ਰੇਂਜ ਰੋਡ 290। ਅੱਜ ਉਹ ਫਿਲਮ ਦੀ ਰਿਲੀਜ਼ਿੰਗ ਹੈ ਔਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਸਟਾਰਕਾਸਟ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦੀ ਮੂਵੀ ਤੁਸੀਂ ਲੈ ਕੇ ਆਏ ਹੋ, ਔਰ ਬਾਕੀ ਦੇਖਣ ਤੋਂ ਬਾਅਦ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ ਔਰ ਲੋਕਾਂ ਦੇ ਵਿਊ ਲਵਾਂਗੇ। ਆਓ ਫਿਰ ਗੱਲਬਾਤ ਕਰਦੇ। ਹੈਲੋ ਸਰ, ਸਤਿ ਸ਼੍ਰੀ ਅਕਾਲ ਸਰ, ਤੁਹਾਡੀ ਫਿਲਮ ਰਿਲੀਜ਼ ਹੋ ਰਹੀ ਹੈ, ਕਿੱਦਾਂ ਦਾ ਲੱਗ ਰਿਹਾ? ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਅਲੱਗ ਦੇਖਣ ਨੂੰ ਮਿਲਿਆ। ਬੜਾ ਵਧੀਆ ਲੱਗ ਰਿਹਾ ਜੀ, ਲੋਕਾਂ ਨੂੰ ਪਸੰਦ ਆ ਰਹੀ ਹੈਗੀ ਆ, ਚੰਗਾ ਲੱਗ ਰਿਹਾ। ਇਸ ਤਰੀਕੇ ਨਾਲ ਜੇ ਗੱਲ ਕਰੀਏ, ਦੋ ਤਿੰਨ ਡਰੈਸਾਂ ਦੇ ਵਿੱਚ ਹੀ ਸ਼ੂਟ ਕਰਦਾ, ਕਿ ਬਜਟ ਘੱਟ ਸੀ? ਬਿਲਕੁਲ ਜੀ, ਬਜਟ ਕੰਸਟੈਂਟ ਸੀਗਾ। ਅਤੇ ਜੇ ਗੱਲ ਕਰੀਏ ਲੋਕੇਸ਼ਨ ਦੀ, ਲੋਕੇਸ਼ਨ ਵੀ ਬਹੁਤ ਘੱਟ ਦੇਖਣ ਨੂੰ। ਹਾਂਜੀ, ਫਿਲਮ ਕੋਵਿਡ ਦੇ ਦੌਰਾਨ ਸ਼ੂਟ ਹੋਈ ਹੈ, ਸੋ ਇਸ ਕਰਕੇ ਉਦੋਂ ਤੁਸੀਂ ਬਾਹਲਾ ਬਾਹਰ ਜਾ ਨਹੀਂ ਸਕਦੇ ਸੀ, ਸ਼ੂਟ ਨਹੀਂ ਕਰ ਸਕਦੇ ਸੀ, ਦੈਟਸ ਰੀਜ਼ਨ। ਸਤਿੰਦਰ ਜੀ, ਜੋ ਵੀ ਹੈ ਫਿਲਮ ਬਹੁਤ ਵਧੀਆ ਲੱਗੀ, ਔਰ ਯਾਨੀ ਬੰਦਾ ਕਹਿੰਦਾ ਕਿ ਬੋਰ ਨਹੀਂ ਹੁੰਦਾ ਕਿਉਂਕਿ ਅਸੀਂ ਪੂਰੀ ਮੂਵੀ ਦੇਖੀ ਹੈ। ਜੇ ਗੱਲ ਕਰੀਏ ਇਹਦੇ 'ਚ ਨਾ ਕੋਈ ਗੀਤ ਸੀ ਅਤੇ ਨਾ ਕੋਈ ਜਿਵੇਂ ਹਾਸੀ ਠੇਡਿਆਂ ਦੀ ਗੱਲ ਕਰੀਏ, ਅੱਜ ਕੱਲ੍ਹ ਜੋ ਵੀ ਫਿਲਮਾਂ ਚੱਲਦੀਆਂ ਨੇ ਅਕਸਰ ਹੀ ਕਾਮੇਡੀ ਦੇਖੀ ਜਾਂਦੀ। ਹਾਂਜੀ, ਕਾਮੇਡੀ ਹਰ ਸਾਰੇ ਜੋਨਰ ਨੇ, ਡਿਫਰੈਂਟ ਹਰ ਜੋਨਰ ਦੀ ਫਿਲਮ ਬਣਨੀ ਚਾਹੀਦੀ ਆ, ਹਰ ਜਾਨਵਰ ਦੇ ਦਰਸ਼ਕ ਵੀ ਹੁੰਦੇ ਆ, ਸੋ ਸਾਰੀਆਂ ਬਣਨੀਆਂ ਚਾਹੀਦੀਆਂ, ਕਾਮੇਡੀ ਵੀ ਬਣਨੀਆਂ ਚਾਹੀਦੀਆਂ, ਮਿਊਜ਼ਿਕਲ ਵੀ ਬਣਨੀਆਂ ਚਾਹੀਦੀਆਂ, ਥ੍ਰਿਲਰ ਡਰਾਮਾ ਸਾਰਾ ਕੁਛ ਬਣਨਾ ਚਾਹੀਦਾ ਮੇਰੇ ਹਿਸਾਬ ਨਾਲ। ਹਾਂਜੀ ਸਰ, ਤੁਸੀਂ ਬਹੁਤ ਅਲੱਗ ਕੁਛ ਕੀਤਾ ਕਿਉਂਕਿ ਨਾ ਜੇ ਗੱਲ ਕਰੀਏ ਅੱਜ ਨਾ ਤੁਹਾਡੇ ਚਿਹਰੇ 'ਤੇ ਉਹ ਵਿਲਨ ਵਾਲਾ ਉਹ ਦਿਖਦਾ, ਨਾ ਹੀਰੋ ਵਾਲਾ, ਪਰ ਫਿਰ ਵੀ ਇੱਕ ਸਟਰੋਂਗ ਪਰਸਨੈਲਿਟੀ ਦਿਖਦੀ ਸੀ ਤੁਹਾਡੀ। ਹਾਂਜੀ, ਮੇਰੇ ਖਿਆਲ 'ਚ ਜਿਹੜੇ ਸਾਰੇ ਕਰੈਕਟਰ ਹੁੰਦੇ ਆ ਉਹ ਕੰਪਲੈਕਸ ਹੀ ਹੁੰਦੇ ਆ, ਉਹ ਜ਼ਿਆਦਾ ਵਿਲੇਨ ਜ਼ਿਆਦਾ ਬੁਰਾਈ ਦੇਖੇ ਜ਼ਰੂਰੀ ਨਹੀਂ ਹੁੰਦਾ, ਹੀਰੋ ਜ਼ਿਆਦਾ ਚੰਗਾਈ ਦੇਖੇ ਵੀ ਜ਼ਰੂਰੀ ਨਹੀਂ ਹੁੰਦਾ, ਸੋ ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਇਆ ਰਾਈਟਿੰਗ ਦੇ ਦੌਰਾਨ ਇੱਦਾਂ ਦੇ ਕਰੈਕਟਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਰੀਅਲਿਜ਼ਮ ਦੇ ਨਾਲ ਮੈਚ ਕਰਦੇ ਹੋ। ਹਾਲਾਂਕਿ ਪੰਜਾਬੀ ਜੇ ਇੰਡਸਟਰੀ ਦੇ ਵਿੱਚ ਬਹੁਤ ਇੱਦਾਂ ਦੇ ਐਕਟਰ ਸੀ, ਹੋਰ ਵੀ ਸਟਾਰਕਾਸਟ ਦੀ ਬਹੁਤ ਚਮਕਦੇ ਚਿਹਰੇ ਸੀ, ਤੁਸੀਂ ਬਹੁਤ ਘੱਟ ਚਿਹਰੇ ਪੰਜਾਬੀ ਲਿੱਤੇ ਨੇ, ਕੀ ਕਹੋਗੇ? ਇੱਕ ਤਾਂ ਕੋਵਿਡ ਸੀ ਜੀ, ਉਹਦੀ ਰੀਜ਼ਨ ਵਜ੍ਹਾ ਕਰਕੇ ਤੁਸੀਂ ਨਾ ਤਾਂ ਇੰਟਰਨੈਸ਼ਨਲੀ ਜਾ ਸਕਦੇ ਸੀ ਅਤੇ ਨਾ ਕੋਈ ਆ ਸਕਦਾ ਸੀਗਾ, ਫਿਰ ਸੈਕਿੰਡਲੀ ਸਾਡੇ ਲੋਕਲੀ ਜਿਹੜੇ ਕੈਨੇਡਾ ਦੇ ਕਲਾਕਾਰ ਸੀਗੇ, ਮੈਨੂੰ ਇਹ ਵੀ ਸੀਗਾ ਵੀ ਇੱਕ ਜਿਹੜੀ ਲੋਕਲ ਟੀਮ ਐਸਟੈਬਲਿਸ਼ ਕੀਤੀ ਜਾਵੇ ਤਾਂ ਕਿ ਅਸੀਂ ਜ਼ਿਆਦਾ ਸ਼ੂਟ ਕਰ ਸਕੀਏ, ਸਾਨੂੰ ਜ਼ਿਆਦਾ ਬਾਹਰ ਨਾ ਜਾਣਾ ਪਵੇ, ਨਾ ਬਾਹਰੋਂ ਜ਼ਿਆਦਾ ਆਉਣਾ ਪਵੇ, ਅਤੇ ਸਾਰੇ ਐਕਟਰਾਂ ਨੇ ਬਹੁਤ ਹੀ ਘੈਂਟ ਕੰਮ ਕੀਤਾ, ਹਰਸ਼ਰਨ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ, ਅਮਨਿੰਦਰ ਢਿੱਲੋਂ, ਅਰਸ਼ ਪੁਰਬਾ, ਵਿਪਨ ਕੁਮਾਰ, ਦਲਜੀਤ ਸੰਧੂ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਤੁਸੀਂ ਕਹਿੰਦੇ ਨੇ ਕਿ ਫਿਲਮ ਵੀ ਆਪ ਲਿਖੀ ਹੈ, ਡਾਇਰੈਕਟ ਵੀ ਆਪ ਕੀਤੀ ਹੈ ਅਤੇ ਐਡਿਟ ਵੀ ਆਪ ਕੀਤੀ ਹੈ, ਯਾਨੀ ਕਿੰਨਾ ਕੁ ਦਿੱਕਤਾਂ ਦਾ ਸਾਹਮਣਾ ਕਰਨਾ? ਦਿੱਕਤਾਂ ਤਾਂ ਨਹੀਂ ਕਹਿ ਸਕਦੇ, ਕੰਮ ਹੀ ਜ਼ਿਆਦਾ ਹੁੰਦਾ, ਪਰ ਜੇ ਤੁਹਾਨੂੰ ਕੰਮ ਪਸੰਦ ਹੋਵੇ ਉਹ ਫਿਰ ਉਹ ਮਤਲਬ ਟਾਈਮ ਹੀ ਹੁੰਦਾ ਜੀ। ਤੁਹਾਡੀ ਮਿਹਨਤ ਬੜੀ ਦਿਖ ਰਹੀ ਹੈ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ, ਐਪਰੀਸ਼ੀਏਟ ਦੈਟ। ਪਹਿਲੀ ਵਾਰ ਪੰਜਾਬੀ ਇੰਡਸਟਰੀ ਦੇ ਵਿੱਚ ਇੱਦਾਂ ਦਾ ਕੁਝ ਦੇਖਣ ਨੂੰ ਮਿਲਿਆ ਕਿ ਨਾ ਕੋਈ ਕੋਈ ਨਾ ਕਿ ਜੇ ਕਾਮੇਡੀ ਦੀ ਗੱਲ ਕਰੀਏ ਔਰ ਨਾ ਕੋਈ ਗੀਤਾਂ ਦੀ ਗੱਲ ਕਰੀਏ, ਪਰ ਫਿਰ ਵੀ ਬੋਰ ਹੋਣਾ ਨਹੀਂ ਦਿਖਿਆ? ਹਾਂਜੀ, ਬਸ ਇਹ ਐਕਚੁਅਲੀ ਇੱਕ ਰਾਈਟਰ ਦਾ ਚੈਲੇਂਜ ਹੀ ਹੁੰਦਾ ਕਿ ਉਹ ਆਪਣੇ ਦਰਸ਼ਕਾਂ ਤੋਂ 2 ਕਦਮ ਅੱਗੇ ਰਹਿ ਸਕਦਾ, ਕਿ ਉਹਦੀ ਉਹਨਾਂ ਦੇ ਦਿਮਾਗੀ ਉਹਨਾਂ ਨੂੰ ਚੈਲੇਂਜ ਕਰ ਸਕਦਾ ਕੁਛ, ਐਂਡ ਦਾ ਉਹਨੂੰ ਪਤਾ ਲੱਗੇ ਕਿ ਖਤਮ ਕਿਵੇਂ ਹੋਊਗਾ, ਸੋ ਇਹ ਕਾਫੀ ਵਧੀਆ ਐਕਚੁਅਲੀ ਉਹ ਅਚੀਵ ਹੋਇਆ, ਤਾਂ ਉਹਦੇ ਕਰਕੇ ਮੈਂ ਬਹੁਤ ਖੁਸ਼ ਹਾਂ ਕਿ ਇਹ ਜੋਬ ਵੈਲ ਡਨ, ਆਈ ਵੁੱਡ ਸੇ। ਸਤਿੰਦਰ ਸਰ, ਅਕਸਰ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਇੱਦਾਂ ਹੀ ਫਿਲਮਾਂ ਬਣਦੀਆਂ ਨੇ ਨਸ਼ੇ ਨੂੰ ਲੈ ਕੇ, ਜਾਂ ਫਿਰ ਜੇ ਗੈਂਗਸਟਰ ਹਥਿਆਰਾਂ ਦੀ ਗੱਲ ਕਰ ਲਈਏ, ਇੱਦਾਂ ਦੇ ਕੰਸੈਪਟ ਬਣਦੇ ਆ, ਹਰ ਵਾਰ ਕੁਛ ਇੱਦਾਂ ਦਾ ਹੀ ਦੇਖਣ ਨੂੰ ਮਿਲਦਾ। ਤੁਹਾਡੇ ਵੱਲੋਂ ਜੋ ਫਿਲਮ ਇਹ ਦਰਸਾਈ ਗਈ ਹੈ ਬਹੁਤ ਵਧੀਆ ਲੱਗੀ, ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਣੇ ਪੰਜਾਬ ਨੂੰ ਕਿਆ ਇਸ ਤੋਂ ਨਸ਼ੇ ਤੋਂ ਦੂਰ ਦੇਖਿਆ ਜਾਏਗਾ? ਦੇਖੋ ਜੀ, ਨਸ਼ਾ ਹੋ ਗਿਆ ਜਾਂ ਕੋਈ ਹੋਰ ਚੀਜ਼ਾਂ ਨੇ, ਇਹ ਇੱਕ ਟਾਈਮ ਦੇ ਉੱਤੇ ਹਰ ਸਮਾਜ ਦੇ ਵਿੱਚ ਕੋਈ ਡਿਫਰੈਂਟ ਇਸ਼ੂਜ਼ ਹੁੰਦੇ ਨੇ, ਅਤੇ ਉਹਨਾਂ ਨਾਲ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਲੋਕ ਆਪ ਲੜਦੇ ਨੇ, ਜਦੋਂ ਸਰਕਾਰਾਂ ਦੇ ਲੋਕ ਆਪ ਜਾਗਰੂਕ ਹੁੰਦੇ ਨੇ ਉਹ ਮਸਲੇ ਹੱਲ ਹੋ ਜਾਂਦੇ ਨੇ, ਜਦੋਂ ਨਹੀਂ ਹੁੰਦੇ ਤਾਂ ਨਹੀਂ ਹੁੰਦੇ ਹੱਲ। ਬਿਸਾਈਡਸ, ਮੇਰਾ ਕੋਈ ਇੱਦਾਂ ਦਾ ਕ੍ਰਾਈਮ ਜਾਂ ਫਿਰ ਉਹ ਨਸ਼ੇ ਦੇ ਉੱਤੇ ਕੁਝ ਬਣਾਉਣ ਦਾ ਨਹੀਂ ਸੀ, ਇਹ ਤਾਂ ਸਿਰਫ ਇੱਕ ਬੈਕਡਰੋਪ ਆ ਫਿਲਮ ਦਾ, ਇਹ ਪਿੱਠ ਭੂਮੀ ਆ ਸੀ ਜਿਹਦੇ ਉੱਤੇ ਉਹ ਕਿਰਦਾਰ ਖੜ੍ਹੇ ਨੇ। ਅਸਲ ਦੇ ਵਿੱਚ ਕੋਈ ਬਿਜ਼ਨਸ, ਮਤਲਬ ਅਗਰ ਇਹ ਇਮੋਸ਼ਨਲ ਫਿਲਮ ਜ਼ਿਆਦਾ ਆ, ਗੈਂਗਸਟਰ ਫਿਲਮ ਮੈਨੂੰ ਲੱਗਦਾ ਘੱਟ ਹੈ। ਹਾਂਜੀ, ਦਾ ਨਾਂ ਹੋਰ ਵੀ ਰੱਖਿਆ ਜਾ ਸਕੇ, ਪਰ ਰੋਡ ਰੇਂਜ ਕਿਉਂ ਰੱਖਿਆ ਗਿਆ?
ਰੇਂਜ ਰੋਡ 290 ਰੇਂਜ ਰੋਡ ਉੱਥੋਂ ਦੇ ਲਿੰਕ ਰੋਡ ਜਿਵੇਂ ਪਿੰਡ ਵਾਲੀਆਂ ਸੜਕਾਂ ਹੁੰਦੀਆਂ ਉਹਨਾਂ ਦੇ ਉਹਨਾਂ ਨੂੰ ਰੇਂਜ ਰੋਡ ਕਹਿੰਦੇ ਆ 290 ਇੱਕ ਸੜਕ ਦਾ ਨਾਮ ਆ ਜਿਹੜੀ ਕਿ ਫਿਲਮ ਦੇ ਅੰਤਲੇ ਪੜਾਵ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਆ ਸੋ ਇਸੇ ਕਰਕੇ ਮੈਨੂੰ ਲੱਗਿਆ ਕਿ ਬਾਕੀ ਹੋਰ ਕੋਈ ਪੰਜਾਬੀ ਨਾਮ ਸੂਟ ਨਹੀਂ ਕਰਦਾ ਸੀ ਬਿਕੋਜ਼ ਫਿਲਮ ਬਹੁਤ ਡਿਫਰੈਂਟ ਸੀ ਨੋਰਮਲ ਪੰਜਾਬੀ ਫਿਲਮਾਂ ਤੋਂ ਸੋ ਕੋਈ ਯਾਰਾਂ ਨਾਲ ਬਹਾਰਾਂ ਜਾਂ ਇੱਦਾਂ ਦਾ ਕੁਛ ਨਾਮ ਜਿਹੜਾ ਹੁੰਦਾ ਉਹ ਸੂਟ ਨਹੀਂ ਕਰਦਾ ਸੀ ਸੋ ਮੈਨੂੰ ਲੱਗਿਆ ਕਿ ਉਹ ਜਗ੍ਹਾ ਦਾ ਨਾਮ ਕਿਉਂਕਿ ਫਿਲਮ ਦੇ ਉੱਥੋਂ ਦੀ ਕਲਚਰ ਦੀ ਆ ਉੱਥੋਂ ਦੀ ਪ੍ਰੋਬਲਮਸ ਦੀ ਹੈਗੀ ਉੱਥੋਂ ਦੇ ਕਿਰਦਾਰਾਂ ਦੀ ਆ ਤਾਂ ਫਿਰ ਉਹਦਾ ਨਾਮ ਵੀ ਉੱਥੋਂ ਦੇ ਹੋਣਾ ਚਾਹੀਦਾ ਸੀ ਆਉਣ ਵਾਲੇ ਹੋਰ ਕੋਈ ਤੁਹਾਡੇ ਕਨਸੈਪਟ ਜੀ ਹਾਂਜੀ ਹਾਂਜੀ ਆਉਣਗੇ ਭਾਅ ਜੀ ਕੁਝ ਸਕ੍ਰਿਪਟਸ ਨੇ ਜਿਨ੍ਹਾਂ ਦੇ ਉੱਤੇ ਡਿਵੈਲਪਮੈਂਟ ਚੱਲ ਰਹੀ ਆ ਇੱਕ ਦੋ ਟ੍ਰੀਟਮੈਂਟ ਨੇ ਪਰ ਫਿਲਹਾਲ ਐਸਾ ਕੁਛ ਨਹੀਂ ਜਿਹੜਾ ਅਨਾਊਂਸ ਕਰ ਸਕਾਂ ਬਹੁਤ ਜਲਦੀ ਪਰ ਕਰਾਂਗੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਹੈ ਕਿ ਇਹ ਫਿਲਮ ਸੁਪਰ ਡੁਪਰ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਤੁਸੀਂ ਆਪਣੇ ਚੈਨਲ ਨੂੰ ਅੱਜ ਇੱਥੇ ਲੈ ਕੇ ਆਓ ਸਾਡੀ ਸਪੋਰਟ ਕਰ ਰਹੇ ਹੋ ਤਹਿ ਦਿਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰੇ ਸੋ ਸਾਡੇ ਨਾਲ ਕਲਾਕਾਰ ਗੁਰਜੈ ਸਿੰਘ ਜੀ ਨੇ ਐਕਟਰ ਉਹਨਾਂ ਨਾਲ ਗੱਲਬਾਤ ਕਰਦੇ ਭਾਅ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਫਿਲਮ ਰਿਲੀਜ਼ ਹੋ ਚੁੱਕੀ ਹੈ ਰੋਡ ਰੈਂਜ ਕੀ ਕਹੋਗੇ ਬਹੁਤ ਸੋਹਣੀ ਫਿਲਮ ਹੈਗੀ ਬਹੁਤ ਨਵਾਂ ਕਨਸੈਪਟ ਨਵੀਂ ਕਹਾਣੀ ਅਤੇ ਨਵੀਆਂ ਲੋਕੇਸ਼ਨਾਂ ਅਤੇ ਬਹੁਤ ਜ਼ਿਆਦਾ ਖੂਬਸੂਰਤ ਫਿਲਮ ਬਹੁਤ ਹੀ ਜ਼ਿਆਦਾ ਜਿੰਨਾ ਕਹਿ ਦਈਏ ਉਨੀ ਜ਼ਿਆਦਾ ਖੂਬਸੂਰਤ ਫਿਲਮ ਹੈ ਸੋ ਮਤਲਬ ਕਿ ਮਜ਼ਾ ਆ ਗਿਆ ਫਿਲਮ ਦੇਖ ਕੇ ਬਹੁਤ ਟਾਈਮ ਬਾਅਦ ਇੰਨੀ ਸੋਹਣੀ ਫਿਲਮ ਦੇਖੀ ਮੈਂ ਅਤੇ ਆਨੰਦ ਆ ਗਿਆ ਬਾਕੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੈਸੇ ਵੀ ਫਿਲਮਾਂ ਕਹਿੰਦੇ ਨੇ ਕਿ ਕਮੇਡੀ ਨੂੰ ਲੈ ਕੇ ਚੱਲਦੀਆਂ ਨੇ ਤੁਹਾਨੂੰ ਕੀ ਲੱਗਦਾ ਇਸ ਫਿਲਮ ਬਾਰੇ ਕਾਫੀ ਸੀਰੀਅਸ ਸੀ ਨਹੀਂ ਹੁਣ ਤਾਂ ਪਿਛਲੇ ਕਾਫੀ ਸਮੇਂ ਤੋਂ ਬਹੁਤ ਡਿਫਰੈਂਟ ਡਿਫਰੈਂਟ ਕਨਸੈਪਟ 'ਤੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਨੇ ਆਪਣੇ ਜਿਵੇਂ ਪਿੱਛੇ ਜਗਦੀਪ ਵੀਰੇ ਦੀ ਮੋਹ ਫਿਲਮ ਵੀ ਆਈ ਆ ਉਹ ਕਮੇਡੀ ਤੋਂ ਅਤੇ ਮਤਲਬ ਕਿ ਬਹੁਤ ਨਵੇਕਲਾ ਕਨਸੈਪਟ ਸੀਗਾ ਉਹ ਅਤੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੇ ਸਰੋਤੇ ਸ਼ਾਇਦ ਕਈ ਵਾਰ ਨਹੀਂ ਪਹੁੰਚਦੇ ਇੱਦਾਂ ਦੀਆਂ ਫਿਲਮਾਂ ਤਾਂ ਬਣਦੀਆਂ ਨੇ ਹਰ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨੋ ਡਾਊਟ ਇਹ ਨਹੀਂ ਆਪਾਂ ਕਹਿ ਸਕਦੇ ਫਿਲਮਾਂ ਵੀ ਸਿਰਫ ਕਮੇਡੀ ਹੀ ਬਣਦੀ ਹੈ ਅਤੇ ਉਹ ਫਿਲਮ ਕਿੰਨੀ ਸੋਹਣੀ ਖੂਬਸੂਰਤ ਬਣੀ ਹੈਗੀ ਮੈਂ ਸਪੈਸ਼ਲੀ ਮੋਹ ਫਿਲਮ ਦੇਖਣ ਆਇਆ ਸੀਗਾ ਬਹੁਤ ਪਿਆਰੀ ਲੱਗੀ ਸੀ ਮੈਨੂੰ ਫਿਲਮ ਅਤੇ ਆਹ ਫਿਲਮ ਵੀ ਰੇਂਜ ਰੋਡ ਦੇਖਣ ਆਏ ਆ ਬਹੁਤ ਹੀ ਮਤਲਬ ਕਿ ਫਿਲਮ ਦੇ ਵਿੱਚ ਇੱਕ ਵੀ ਗਾਣਾ ਨਹੀਂ ਕਿਤੇ ਵੀ ਅਤੇ ਮੈਨੂੰ ਲੱਗਦਾ ਜੇ ਕਿਤੇ ਨਾ ਕਿਤੇ ਫਿਲਮ 'ਚ ਕਮੇਡੀ ਆ ਤਾਂ ਸਿਚੁਏਸ਼ਨਲ ਉੱਦਾਂ ਹੀ ਕੋਈ ਆ ਗਈ ਕਿਤੇ ਨਾ ਕਿਤੇ ਅਤੇ ਬਹੁਤ ਜ਼ਿਆਦਾ ਸੀਰੀਅਸ ਮੂਵੀ ਅਤੇ ਬਹੁਤ ਹੀ ਬਿਹਤਰੀਨ ਕਨਸੈਪਟ ਮਤਲਬ ਕਿ ਮੈਂ ਜਦੋਂ ਫਿਲਮ ਦੇਖਣ ਵੜਿਆ ਆਡੀਟੋਰੀਅਮ ਦੇ ਵਿੱਚ ਮੈਨੂੰ ਮਤਲਬ ਕਿ ਮਤਲਬ 1% ਵੀ ਦਿਮਾਗ 'ਚ ਨਹੀਂ ਸੀਗਾ ਮੇਰੇ ਵੀ ਇੱਦਾਂ ਦੀ ਕਹਾਣੀ ਹੋਊਗੀ ਜਾਂ ਇੱਦਾਂ ਦਾ ਕਨਸੈਪਟ ਹੋਊਗਾ ਕਿਉਂਕਿ ਮੈਂ ਆਪਦੀ ਫਿਲਮ ਦੇ ਸ਼ੂਟ ਦੇ ਵਿੱਚ ਬਿਜ਼ੀ ਸੀਗਾ ਉਹਦੇ ਕਰਕੇ ਮੈਂ ਕੁਦਰਤੀ ਟ੍ਰੇਲਰ ਵੀ ਨਹੀਂ ਦੇਖਿਆ ਸੀਗਾ ਇਹਦਾ ਦੇਖਿਆ ਹੋਇਆ ਸੀਗਾ ਬਹੁਤ ਪਹਿਲਾਂ ਦੇਖਿਆ ਸੀਗਾ ਅਤੇ ਮਤਲਬ ਕਿ ਕਿਆ ਬਾਤ ਹੈ ਆਨੰਦ ਆ ਗਿਆ ਫਿਲਮ ਦੇਖ ਕੇ ਯਾਰ ਭਾਅ ਜੀ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਹੁਣ ਫਿਰ ਮੇਰੇ ਕਾਫੀ ਪ੍ਰੋਜੈਕਟ ਸਾਡੇ ਇੱਕ ਤਾਂ ਹਵਾ ਫਿਲਮ ਆ ਰਹੀ ਹੈ ਚਪਾਲ ਅਤੇ OTT 'ਤੇ ਆਉਣੀ ਹੈ ਸਾਡੀ ਅਤੇ ਇੱਕ ਗੋਡੇ ਗੋਡੇ ਚਾਹ ਫਿਲਮ ਅਨਾਊਂਸ ਹੋਈ ਚੁੱਕੀ ਸੀ ਉਹ ਵੀ ਸ਼ਾਇਦ ਤੁਹਾਨੂੰ ਪਤਾ ਹੋਵੇ ਮੇਰੇ ਪ੍ਰੋਜੈਕਟਾਂ ਬਾਰੇ ਆਪਾਂ ਫੇਰ ਕਦੇ ਗੱਲ ਕਰਾਂਗੇ ਕਿਸੇ ਦਿਨ ਖੁੱਲ੍ਹੇ ਟਾਈਮ ਦੇ ਨਾਲ ਤੁਸੀਂ ਜੀ ਆਇਆਂ ਨੂੰ ਜਦੋਂ ਮਰਜ਼ੀ ਆਓ ਸੋ ਅੱਜ ਇਹ ਫਿਲਮ ਦੇ ਦੇਖਣ ਆਇਆ ਮੈਂ ਸਪੈਸ਼ਲੀ ਤੌਰ 'ਤੇ ਅਤੇ ਸਪੈਸ਼ਲੀ ਮੈਂ ਆਪਣੇ ਸਾਰੇ ਹੀ ਪੰਜਾਬੀ ਵੀਰਾਂ ਭੈਣਾਂ ਨੂੰ ਮੈਂ ਆਪਦੇ ਤੌਰ 'ਤੇ ਮਤਲਬ ਕਿ ਰਿਕੁਐਸਟ ਕਰਦਾ ਸਾਰੇ ਜਣੇ ਬਹੁਤ ਹੀ ਖੂਬਸੂਰਤ ਫਿਲਮ ਹੈ ਇਹ ਜ਼ਰੂਰ ਦੇਖਣ ਆਇਓ ਅਤੇ ਮਤਲਬ ਕਿ ਇੱਦਾਂ ਦੇ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸੋ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਜ਼ਰੂਰ ਪਹੁੰਚੋ ਭਾਅ ਜੀ ਨਾਲ ਗੱਲ ਕਰਦੇ ਹਾਂ ਜੋ ਪੰਜਾਬੀ ਫਿਲਮਾਂ ਦੇ ਵਿੱਚ ਅਕਸਰ ਦਿਖਦੇ ਨੇ ਭਾਅ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਪੰਜਾਬੀ ਫਿਲਮ ਅੱਜ ਰਿਲੀਜ਼ ਹੋਈ ਹੈ ਰੋਡ ਰੇਂਜ 290 ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਫਿਲਮ ਹੈ ਰੇਂਜ ਰੋਵਰ 290 ਤਾਂ ਇਹ ਬਿਲਕੁਲ ਅਲੱਗ ਹੈ ਪੰਜਾਬੀ ਸਿਨੇਮੇ ਦੀ ਬਿਲਕੁਲ ਅਲੱਗ ਫਿਲਮ ਹੈ ਹੈਰੀ ਸ਼ਰਨ ਜਿਹੜਾ ਮੇਰਾ ਛੋਟਾ ਵੀਰ ਹੈ ਅਸੀਂ ਇੱਕ ਹੀ ਫਰੀਦਕੋਟ ਦੇ ਰਹਿਣ ਵਾਲੇ ਹਾਂ ਦੋਨੋਂ ਤਾਂ ਇੱਕੋ ਕਲੋਨੀ ਦੇ ਵਿੱਚ ਉਹਦਾ ਬਚਪਨ ਸ਼ਾਇਦ ਮੇਰੇ ਨਾਲ ਹੀ ਬੀਤਿਆ ਤਾਂ ਬਹੁਤ ਅੱਛੀ ਫਿਲਮ ਹੈ ਬਾਕੀ ਪਹਿਲੇ 20 ਮਿੰਟ ਮੈਂ ਫਿਲਮ ਦੇਖ ਨਹੀਂ ਸਕਿਆ ਲੇਟ ਹੋ ਗਿਆ ਸੀਗਾ ਅਤੇ ਪੂਰੀ ਫਿਲਮ ਦੇਖਾਂਗੇ ਪੂਰੀ ਕਹਾਣੀ ਬਾਰੇ ਸ਼ੁਰੂ ਤੋਂ ਪਤਾ ਨਹੀਂ ਲੱਗਿਆ ਮੈਂ ਸੌਰੀ ਚਾਹੁੰਦਾ ਬਾਕੀ ਜਿੰਨਾ ਵੀ ਕੰਮ ਕੀਤਾ ਹੈਰੀ ਸ਼ਰਨ ਨੇ ਕੀਤਾ ਉਹਨਾਂ ਦੇ ਸਹਿਯੋਗੀ ਕਲਾਕਾਰਾਂ ਨੇ ਜਿੰਨਾ ਕੰਮ ਕੀਤਾ ਬਹੁਤ ਵਧੀਆ ਸੀਗਾ ਹਟ ਕੇ ਸੀਗਾ ਪਰ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿੱਦਾਂ ਨਸ਼ਾ ਕਾਫੀ ਹੈ ਔਰ ਗੈਂਗ ਵਾਰ ਹੈ ਜਿੱਦਾਂ ਕਿ ਗੋਲੀਆਂ ਦੀ ਹਰ ਪਾਸੇ ਜੇ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਕਿਉਂਕਿ ਉਹੀ ਚੀਜ਼ਾਂ ਬਣਦੀਆਂ ਨੇ ਹਰ ਵਾਰ ਇਹ ਪੰਜਾਬ ਨੂੰ ਯਾਨੀ ਬੁਰਾ ਦਿਖਾਇਆ ਜਾਂਦਾ ਕੀ ਕਹਿਣਾ ਚਾਹੋਗੇ ਕਿ ਇੱਦਾਂ ਦੀ ਕਦ ਮੂਵੀ ਬਣੇਗੀ ਜ਼ਿਆਦਾ ਅਸੀਂ ਪੰਜਾਬ ਨੂੰ ਸਾਫ਼ ਸੁਥਰਾ ਦਿਖਾਵਾਂ ਨਸ਼ੇ ਤੋਂ ਦੂਰ ਕਰਾਂਗੇ ਇਹ ਤਾਂ ਚਲੋ ਬਾਹਰਲੇ ਮੁਲਕ 'ਚ ਬਣੀ ਹੈ ਪਰ ਫਿਰ ਵੀ ਨਸ਼ਾ ਕਾਫੀ ਇਸ 'ਚ ਦਿਖਾਇਆ ਗਿਆ ਹਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਮੂਵੀਜ਼ ਦੇਖੀਆਂ ਹੁਣ ਦੇਖੋ ਜਿਵੇਂ ਵਾਰਨਿੰਗ ਫਿਲਮ ਆਈ ਸੀ ਹੈ ਨਾ ਤਾਂ ਹੋਰ ਬਹੁਤ ਸਾਰੀਆਂ ਫਿਲਮਾਂ ਆਉਣੀਆਂ ਵੀ ਹੈ ਔਰ ਤਿਆਰੀਆਂ ਵੀ ਚੱਲੀਆਂ ਔਰ ਮੇਰਾ ਖਿਆਲ ਹੈ ਇਹਦੇ ਵਿੱਚ ਜੇਕਰ ਪੰਜਾਬੀ ਫਿਲਮਾਂ ਇੱਦਾਂ ਦੀਆਂ ਬਣਨ ਲੱਗ ਪੈਣ ਤਾਂ ਪੰਜਾਬ ਨੂੰ ਆਪਾਂ ਨਸ਼ੇ ਤੋਂ ਮੁਕਤ ਕਰ ਸਕਦੇ ਹਾਂ ਹਾਲਾਂਕਿ ਪੰਜਾਬ ਸਰਕਾਰ ਨੇ ਹੁਣ ਹਥਿਆਰਾਂ ਵਾਲੇ ਗੀਤ ਵੀ
तो उदा भी बंद कराता है ना जी। थानू की लगता कि पंजाब दे विच जिहड़ी फिल्मां चलदियां ने गीत चलते हैं वह ज़्यादातर यानी जो रिलीज़ होंगे ने वह ज़्यादातर खड़ नहीं पाते है यानी फ्लॉप हो जाते हैं की कारण मानते हो वैसे? पंजाब के जोड़े गीत है हूँ जिमें साडे मान साहब ने मतलब जोड़े इदा के जोड़े रिवालवर वाला मतलब रिवालवर आप प्रमोट नहीं करना हथियारों प्रमोट नहीं करना गल तो नशे तो बहुत जोर लगे हुआ और उम्मीद करते हैं कि आने वाले टाइम के नशा भी खत्म हो जाएगा पंजाबी इंडस्ट्री के। सो इस समय साढ़े न एक अत्तर जी ने जो अक्सर ही फिल्मों के दिखते देखते हैं और अक्सर ही किसी न किसी रोल के लोगों हसाते हैं तो रुला भी ने भाजी सत श्रीकाल जी। हाँ जी फिल्म रिलीज़ हुई है अज रोड रेंज 290 की कहोगे वो बहुत ही अच्छी फिल्म है तो बहुत कमाल का जोड़ा सबजैक्ट इन्होंने चुनिया तो बहुत अच्छी फिल्म की बहुत चंकी पकड़ सी मेरा ख्याल है कि इतने पंजाब दे विच रिलीज़ हुई है तो बहुत सारे बंदे नूं देखनी चाहिए है एक चंगी कहानी चंगी फिल्म साढ़े सामने आई है सो देखनी चाहिए है लोगों। हाँ जी सो पंजाब दे विच कई बार इदा हुंदा है कि फिल्मां गाने भी हुंदे ने पर इहदे च ना कोई गीत है कई फिल्मां गीतां दे नाल ही हिट हो जांदियां ने। देखो कहानी मेरा ख्याल इन्हां दी जिहड़ा कहानी दी नहीं डिमांड सी सो इन्होंने गाने नहीं पाए जो कहानी दे विच पकड़ी इन्नी सी गाणिया मेरा ख्याल फील ही नहीं होया भी कितने गाना आना चाहिए सी। सो जे कहानी की पकड़ इन्नी आ गाणिया की नहीं लोड़ पैंदी तो मेरा ख्याल जे कहानी थोड़ा उन्ना काम कर दिंदी आ तो फिर गाणिया की नहीं जरूरत तो ना पाओ कोई गल नहीं पर इस कहानी दे विच नहीं गाने पाए तो फील बिल्कुल भी नहीं होया भी इहदे विच गाने नहीं सी फिल्म अच्छी आ। सो साडे नाल सिंगर सिकंदर सलीम जी ने उन्हां नाल गलबात करांगे भाजी सत श्रीकाल भाजी। भाजी फिल्म देखी फिर? फिल्म देखी फिल्म देख के बहुत अच्छा लग्या और इस फिल्म की वड्डी खासियत पहले तो यह सी कि मेरे बहुत अच्छे दोस्त ने हरशरण जिन्हां दी फिल्म सी फिल्म की अदाकारी से बाकमाल सी फिल्म सबजैक्ट तो चली तो सबजैक्ट दे नाल नाल चलती रही फिल्म बहुत ही कमाल दी फिल्म मैं सारे नूं ये कहने कि जरूर देखो इदा ही जिहड़ा साडा सिनेमा है ग्रो करूगा बहुत अच्छी फिल्म है बहुत लीक तो हट के बनाई हुई फिल्म। तुसीं आप सिंगर हो तुहानूं की लगदा है कि पंजाबी फिल्मां दे विच गीत नहीं है ना कमेडी है किस तरह चलेगी? नहीं मैनू जो लगता है कि फिल्म है जो जिहड़ी भी वो किसी सबजैक्ट पर होंदी है सबजैक्ट चल रहा है सबजैक्ट लोगों के समझ आ रहा है ठीक है तो जे गाने की नहीं जरूरत तो कोई जरूरी नहीं कि गाना पाओ कोई जिते कॉमेडी की नहीं लोड़ तो कोई जरूरी नहीं कि कॉमेडी पाओ बट हाँ जिते लोड़ है कहानी की डिमांड है तो पाना पैंदा। सो उन्हां कलाकारां दे नाल गल करदा जिन्हां अक्सर ही असी पुराने समय तो देखते आ रहे हैं सो साडे नाल मौजूद ने जी उन्हां नाल गलबात करदे सर सत श्रीकाल जी। सर किदां दी लगी जी फिल्म तुसी फिल्म रिलीज़ हुई है रोड रेंज की कहो? मैनू परसनली ये लगता कि बड़ी देर बाद एक वधिया फिल्म देखी है मैं इरिस्पेक्टिव ऑफ के फिल्म यह पंजाबी च है या किसी होर भाषा च विजय होंगी भाषा नूं छड्डण तो इलावा भी मतलब जदों मैं लग्या कि भी फिल्म बड़ी कमाल दी फिल्म बनाई है स्क्रिप्टिंग डायलॉग्स उस तो बाद डायरेक्शन एक्टिंग दे तां सारिआं ने ही कमाल कीती है कोई एक्टर मतलब किसी नालों उन्नी नहीं है इक्की ही ने पंजाब दे विच। पर अक्सर देखा जाता है कि पंजाबी एक्टर्स नूं या स्टारकास्ट नूं ज़्यादा लिया जाता है पर देखा जाता है कि इस फिल्म दे विच पंजाबी जिहड़े अपने कलाकार ने एक्टर ने वो बहुत घट दिखे ने क्योंकि फिल्म उधर बनी है कैनेडा च बनी है और प्रोडक्शन हाउस इन्ना अजे डिवेलप नहीं होया होया हो कुछ बजट दियां भी होणगियां इशूज़ होणगे इस करके इन्होंने उत्थे ही देखा कि उत्थों लोकल बंदे जिहड़े हैगे ना उन्होंने ही फिल्म बनाई है लेकिन जिहड़ा मेन लीड है जिवें हरशरण सिंह वो तो बहुत ही कमाल दा एक्टर है इत्थों भी जदों गया सी ओह कैनेडा गया है उस तो पहला भी मतलब असं जानते कि यह कैलीवर बहुत वधिया है मुंडे का कदे ना कदे कितने ना कितने इनू मौका मिलना चाहिए प्रूव करने वास्ते तो इस फिल्म तो उन्हें प्रूव करता कि उन्हें पता एक्टिंग की है वो अखा भी बोलदियाँ वह चेहरा बोलता वह नक् बोलता वह सारा कुछ बोलता है हर एक अंग बोलता सही गल है जी और जी उन्होंने वॉइस ओवर दिता है उन्होंने आप दा वाकई बा कमाल सी कमाल वाकई कोई शक नहीं राइटिंग मैनू बहुत पसंद आई डायलॉग्स बहुत पसंद आए कट टू कट है गए हैं अच्छा पंजाबी फिल्मों के अक्सर देखा जाता है कि ज़्यादा हासी ठेडा होंगे है ना जब तक कहें किसी कमेडी एक्टर ना पाओ कहते चलती ही नहीं हैगी
हाँ ये भी धारणा एक उदा ही है, इस धारणा च वजन नहीं है अपने तो इतने हूँ असं अके पे देखते कि एक लाइन के चार कॉमेडी एक्टर्स खड़े कर लो उची उची बोली जाते हैं असी हसी जाने बैठे पर कोई सेंस नहीं बनती है। फिल्म तो जिस तरह का जोनर हैगा उस तरह की ही बननी चाहिए है और मैं चंगा लग्या कि इस गाना कोई नहीं है, इस उदा का म्यूजिक कोई नहीं है, बैकग्राउंड म्यूजिक बहुत वधिया है, जिस तरह के हालातों के जिस तरह का बैकग्राउंड म्यूजिक चाहिए उस तरह का हैगा। बल्कि बैठा बैठा मैं ना हस रहा सी अपने आप नाल ही जदों वह मुंडा जेल चो छुट के आउंदा अपनी घरवाली नूं मिलदा मेरे चेहरे तो उदा ही समाई ला गई, मैं ख्याल जो कोई पंजाबी राइटर होंदा ना उन्हें इत्थे भी रोमांटिक गाना पा देना सी। सो मैनू चंगी लगी फिल्म, बहुत वधिया लगी, इदां दीआं फिल्मां बननियां चाहीदियां, लेकिन इत्थे अपने क्योंकि लोग घट आ रहे ने देखण वास्ते इहनूं, उहदे रीज़न इक दो मैनूं लगदा कि इक तां मौसम, दूजा इहदा नां, ਮੈਨੂੰ ਖੁਦ ਦੋ ਤਿੰਨ ਵਾਰੀ ਪੜ੍ਹਨਾ ਪਿਆ ਇਹਨੂੰ ਯਾਦ ਕਰਨ ਨੂੰ ਕਿ ਹਾਂ ਕਿ ਕਿੱਦਾਂ ਦਾ ਗੱਲ ਹੈ ਜੀ, ਮੈਨੂੰ ਵੀ ਲੱਗਿਆ ਕਿ ਪਹਿਲਾਂ ਆਉਂਦਾ ਕਿ ਰੇਂਜ ਪਹਿਲਾਂ ਆਉਂਦਾ ਹੈ ਪਹਿਲਾਂ ਆਉਂਦੇ ਸੀ, ਹਾਂ ਠੀਕ ਹੈ। ਸੋ ਹਾਂ ਨੰਬਰ ਤਿੰਨ ਇੱਕ ਦੋ ਜਗ੍ਹਾ ਲਫ਼ਜ਼ ਜਿਹੜੇ ਹੈਗੇ ਨੇ ਗਾਲਾਂ ਜਿਹੀਆਂ ਕੱਢੀਆਂ ਹੋਈਆਂ ਅਤੇ ਬੜਾ ਡਾਇਰੈਕਟੀ ਉਹ ਵਲਗੈਰਿਟੀ ਜਿਹੀ ਲੱਗਦੀ, ਫਿਲਮ 'ਚ ਉੱਦਾਂ ਨਹੀਂ ਸੁਣਨ ਨੂੰ ਨਹੀਂ ਲੱਗਦਾ ਕਿ ਵੀ ਹਾਂ ਕੁਛ ਗਲਤ ਕਿਹਾ ਕਿਉਂਕਿ ਹਾਲਾਤ ਉਹੋ ਜਿਹੇ ਹੁੰਦੇ ਫਿਲਮ ਦੇ ਵਿੱਚ ਤਾਂ, ਲੇਕਿਨ ਸਾਨੂੰ ਆਦਤ ਹੈ ਫੈਮਲੀਆਂ ਦੇ ਨਾਲ ਆਪਣੀਆਂ ਦੇ ਨਾਲ ਜਾ ਕੇ ਫਿਲਮ ਦੇਖਣ ਦੀ, ਫਿਰ ਉੱਥੇ ਜਾ ਕੇ ਬੱਚਿਆਂ ਦੇ ਨਾਲ ਅਤੇ ਲੇਡੀਜ਼ ਦੇ ਨਾਲ ਕੁਝ ਇਸ ਤਰ੍ਹਾਂ ਦਾ ਸਾਨੂੰ, ਔਰ ਪਹਿਲਾਂ ਇਹਨਾਂ ਨੇ ਉਸ 'ਚ ਪਾ ਦਿੱਤਾ ਸੀ ਆਪਣੇ ਕੀ ਕਹਿੰਦੇ ਹੁੰਦੇ ਜਿਹੜਾ ਟੀਜ਼ਰ ਬਣਾਇਆ ਸੀ ਨਾ ਉਸ 'ਚ ਵੀ ਦੋ ਤਿੰਨ ਸ਼ਬਦ ਇਹਨਾਂ ਨੇ ਇਸ ਤਰ੍ਹਾਂ ਦੇ ਗਾਲਾਂ ਵਾਲੇ ਪਾ ਦਿੱਤੇ ਸੀ ਲੋਕਾਂ ਨੂੰ, ਮੈਨੂੰ ਲੱਗਦਾ ਕਿ ਉਹਦਾ ਅਸਰ ਹੋਇਆ ਅਤੇ ਲੋਕਾਂ ਨੇ ਕਿਹਾ ਨਹੀਂ ਯਾਰ ਇਹ ਫੈਮਲੀ 'ਤੇ ਦੇਖਣ ਵਾਲੀ ਹੈ ਨਹੀਂ, ਛੱਡੋ ਪਰੇ ਕੋਈ ਹੋਰ ਦੇਖ ਲਾਂਗੇ। ਪੰਜਾਬੀ ਫਿਲਮਾਂ ਦੇ ਵਿੱਚ ਅਕਸਰ ਯਾਨੀ ਜੋ ਕਿਸੀ ਸੀਨ ਹੈ ਉਹ ਦੇਖਣ ਨੂੰ ਨਹੀਂ ਮਿਲਦੇ ਪਰ ਇਸ ਫਿਲਮ ਦੇ ਵਿੱਚ ਕਾਫੀ ਦੇਖਣ ਨੂੰ ਮਿਲੇ, ਹਾਂ ਇਸ 'ਚ ਮਿਲੇ ਹੈ, ਲੇਕਿਨ ਮੈਨੂੰ ਲੱਗਦਾ ਕਿ ਉਹ ਡਿਮਾਂਡ ਵੀ ਸੀ ਇਹੋ ਜਿਹੀ ਫਿਲਮ 'ਚ ਡਿਮਾਂਡ ਸੀ। ਹੁਣ ਜਿਹੜਾ ਬੰਦਾ 3 ਸਾਲ ਬਾਅਦ ਜੇਲ੍ਹ 'ਚੋਂ ਛੁੱਟ ਕੇ ਆਪਣੀ ਵਾਈਫ ਨੂੰ ਮਿਲ ਰਿਹਾ ਹੈ ਉਹਦੇ ਨਾਲ ਇੰਨੀ ਕੁ ਦੂਰ ਬੈਠ ਕੇ ਚਾਹ ਥੋੜ੍ਹਾ ਪੀਊਗਾ, ਜਿਸਮਾਂ ਦੀ ਡਿਮਾਂਡ ਵੀ ਹੁੰਦੀ ਹੈ ਸਾਰਾ ਕੁਛ ਹੈ। ਹਾਂ ਅੱਛਾ ਉਹ ਵੀ ਮੈਨੂੰ ਜਸਟੀਫਾਈਡ ਲੱਗਿਆ ਜਿਹੜਾ ਦੂਜੇ ਮੁੰਡੇ ਨਾਲ ਉਹਦਾ ਅਫੇਅਰ ਹੋ ਗਿਆ ਸੀ ਕੁੜੀ ਦਾ 3 ਸਾਲ ਵਾਸਤੇ ਉਹ ਗਿਆ ਹੋਇਆ ਤਾਂ ਜਿਸਮਾਨੀ ਜ਼ਰੂਰਤਾਂ ਹਰੇਕ ਦੀਆਂ ਹੁੰਦੀਆਂ ਨੇ, ਹਾਲਾਤ ਇਹੋ ਜਿਹੇ ਹੁੰਦੇ ਆ ਸਾਰਾ ਕੁਛ, ਤਾਂ ਮੈਂ ਉਹਨੂੰ ਗਲਤ ਨਹੀਂ ਸਮਝਦਾ। ਨਹੀਂ ਪਰ ਕਈ ਵਾਰੀ ਕਿਉਂਕਿ ਫਿਲਮ ਪਬਲਿਕ ਨੇ ਦੇਖਣੀ ਹੈ, ਪੰਜਾਬ ਦੇ ਲੋਕਾਂ ਨੇ ਦੇਖਣੀ ਹੈ, ਫੈਮਲੀਆਂ ਨੇ ਦੇਖਣੀ ਹੈ, ਤੁਹਾਨੂੰ ਕੀ ਲੱਗਦਾ ਕਿ ਜੋ ਇਸ ਚੀਜ਼ ਕਿਉਂਕਿ ਅਕਸਰ ਦੇਖਿਆ ਜਾਂਦਾ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਜ਼ਿਆਦਾ ਇੱਦਾਂ ਦਾ ਸੀਨ ਆਉਂਦਾ, ਇਹ ਚੱਲ ਜੂਗਾ ਇੰਨਾ ਕੁ ਤਾਂ ਹਿੰਦੀ ਫਿਲਮਾਂ 'ਚ ਕਿੰਨਾ ਕੁਛ ਆਉਂਦਾ, ਤਕਰੀਬਨ ਹਰੇਕ ਹਿੰਦੀ ਫਿਲਮ 'ਚ ਇੰਨੀ 5-5-7-7 ਵਾਰੀ ਕਿਸਿੰਗਸ ਦਿਖਾਉਂਦੇ ਆ, ਜਦੋਂ ਸਾਡੇ ਉਹ ਹਜ਼ਮ ਹੋ ਜਾਂਦੀ ਹੈ ਤਾਂ ਇਹ ਵੀ ਹਜ਼ਮ ਹੋਣੀ ਚਾਹੀਦੀ ਹੈ, ਭਾਸ਼ਾ ਦਾ ਹੀ ਫਰਕ ਹੈ, ਕਿਸ ਦੀ ਤਾਂ ਕੋਈ ਭਾਸ਼ਾ ਨਹੀਂ ਹੁੰਦੀ, ਜਦੋਂ ਉਹ ਸਾਨੂੰ ਠੀਕ ਲੱਗਦਾ ਵੀ ਚੱਲ ਠੀਕ ਹੈ ਯਾਰ ਚੱਲ ਰਿਹਾ ਤਾਂ ਇਹ ਵੀ ਠੀਕ ਹੈ। ਥੈਂਕ ਯੂ ਜੀ, ਤੁਹਾਡੇ ਨਾਲ ਬਹੁਤ ਵਧੀਆ ਲੱਗੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਮੈਮ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਫਿਲਮ ਦੇਖ ਕੇ ਆਏ ਨੇ ਉਹਨਾਂ ਪੁੱਛਦੇ ਹਾਂ ਕਿ ਕਿੱਦਾਂ ਦੀ ਲੱਗੀ ਫਿਲਮ। ਮੈਮ ਸਤਿ ਸ਼੍ਰੀ ਅਕਾਲ ਜੀ, ਫਿਲਮ ਬਹੁਤ ਅੱਛੀ ਸੀ, ਨਾ ਇਸ ਫਿਲਮ 'ਚ ਕੋਈ ਕਾਮੇਡੀ ਹੈ ਨਾ ਕੋਈ ਗਾਣੇ ਹੈ, ਡਿਫਰੈਂਟ ਟਾਈਪ ਕੀ ਮੂਵੀ ਹੈ, ਪੰਜਾਬੀ ਮੈਂ ਇਹਦੀ ਫਿਲਮ ਬਣਦੀ ਕਾਂ ਹੈ। ਅੱਜ ਬੜਾ ਸਕੂਨ ਮਿਲਾ ਦਿਲ ਕੋ ਦੇਖ ਕੇ, ਡਰੱਗਸ ਕੀ ਇਤਨੀ ਕਿਹਾ ਗਿਆ ਕਿ ਡਰੱਗਸ ਨਹੀਂ ਲੈਣੀ, ਬਹੁਤ ਅੱਛਾ ਮੈਸੇਜ ਹੈ ਫਿਲਮ ਕਾ, ਸਭ ਕੋ ਦੇਖਣੀ ਚਾਹੀਏ। ਨਹੀਂ ਅਕਸਰ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਇੱਦਾਂ ਦੇ ਮੈਸੇਜ ਆਉਂਦੇ ਨੇ, ਬਹੁਤ ਵਧੀਆ ਹੁੰਦੇ ਨੇ, ਠੀਕ ਹੈ ਨਾ, ਪਰ ਤੁਹਾਨੂੰ ਇਹ ਫਿਲਮ ਵੱਧ ਤੋਂ ਵੱਧ ਰੀਜਨ ਕੀ ਸੀ, ਉਹਦੇ 'ਚ ਗੀਤ ਨਹੀਂ ਸੀ ਜਾਂ ਕਮੇਡੀ ਨਹੀਂ ਸੀ ਜਾਂ ਫਿਰ ਉਹ ਨਸ਼ੇ ਨੂੰ ਤੋਂ ਦੂਰ ਕਰ ਰਹੇ ਨੇ, ਕੀ ਲੱਗਿਆ ਕਿ ਤੁਹਾਨੂੰ ਬਹੁਤ ਵਧੀਆ ਫਿਲਮ ਲੱਗੀ? ਫਿਲਮਾਂ ਤਾਂ ਹੋਰ ਵੀ ਬਹੁਤ ਆਉਂਦੀਆਂ। ਫਿਲਮ ਕਾ ਮੈਸੇਜ ਬਹੁਤ ਸੀਰੀਅਸ ਥਾ, ਇਸਮੇ ਕੈਨੇਡਾ ਕੀ ਸ਼ੂਟਿੰਗ ਕੀ ਗਈ ਹੈ, ਰਿਸ਼ਤੋਂ ਕੇ ਬਾਰੇ ਬਤਾਇਆ ਗਿਆ ਕਿ ਇਨਸਾਨ ਕੋ ਓਨੈਸਟ ਰਹਿਣਾ ਚਾਹੀਏ ਆਪਣੇ ਰਿਸ਼ਤੋਂ ਮੇ, ਵਰਨਾ ਐਂਡ ਕੁਛ ਅੱਛਾ ਨਹੀਂ ਹੋਤਾ, ਔਰ ਸਭ ਕੋ ਓਨੈਸਟ ਰਹਿਣਾ ਚਾਹੀਏ ਆਪਣੇ ਰਿਸ਼ਤੋਂ ਮੇ। ਥੈਂਕ ਯੂ ਜੀ। ਸੋ ਤੁਸੀਂ ਦੇਖੀ ਜੀ ਮੂਵੀ ਰੇਂਜ ਰੋਡ 290, ਅਸੀਂ ਗੱਲਬਾਤ ਕਰਾਈਏ ਜੀ ਲੋਕਾਂ ਦੇ ਨਾਲ ਔਰ ਉਹਨਾਂ ਦੀ ਸਟਾਰ ਕਾਸਟ ਦੇ ਨਾਲ ਕਿ ਮੂਵੀ ਕਿੱਦਾਂ ਦੀ ਲੱਗੀ। ਸੋ ਹੁਣ ਮੈਨੂੰ ਦੇ ਇਜਾਜ਼ਤ, ਕੈਮਰਾਮੈਨ ਅਮਿਤ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ, ਚੰਡੀਗੜ੍ਹ।